ਬਿਲਕੁਲ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਤਨਪਨ ਪੁਲਿਸ ਨੂੰ ਜੁਰਮ ਦੇ ਖਿਲਾਫ ਜਿਹੜੀ ਲੜਾਈ ਉਹਦੇ ਵਿੱਚ ਅੱਜ ਇੱਕ ਹੋਰ ਵੱਡੀ ਜਿਹੜੀ ਸਫਲਤਾ ਮਿਲੀ ਹੈਗੀ ਹੈ, ਜਿਹਦੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਕ੍ਰਿਮੀਨਲਸ ਉਹਨਾਂ ਨੂੰ ਅਰੈਸਟ ਕੀਤਾ ਹੈ। ਸਾਡੀ ਜਿਹੜੀ ਸੀਏ ਸਟਾਫ ਦੀ ਪਾਰਟੀ ਸੀ ਉਹ ਇੱਕ ਸਪੈਸ਼ਲ ਜਿਹੜੀ ਚੈਕਿੰਗ ਕਰ ਰਹੀ ਸੀ ਅਤੇ ਚੈਕਿੰਗ ਦੌਰਾਨ ਕੋਈ ਮੋਟਰਸਾਈਕਲ ਦੇ ਉੱਤੇ ਤਿੰਨ ਜਿਹੜੇ ਨੌਜਵਾਨ ਉਹ ਆਏ ਨੇ, ਸ਼ੱਕੀ ਹਾਲਾਤ ਨੂੰ ਦੇਖਦੇ ਹੋਏ ਇਹਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਹੈਗਾ ਅਤੇ ਉਹਨਾਂ ਨੇ ਜਿਹੜੀ ਸ਼ਨਾਖਤ ਹੋਈ ਹੈ ਉਹਨਾਂ ਨੇ ਆਪਣਾ ਨਾਂ ਦੱਸਿਆ ਹੈਗਾ, ਬਲਜਿੰਦਰ ਸਿੰਘ ਉਰਫ ਅਭੀ, ਪੁੱਤਰ ਦਿਲਬਾਗ ਸਿੰਘ, ਵਾਸੀ ਪਿੰਡ ਜੋਲ ਢਾਈ ਵਾਲਾ, ਪ੍ਰਿੰਸਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਲੇਰ ਥਾਣਾ ਸਦਰ ਤਰਨ ਤਾਰਨ, ਅਤੇ ਅਰਸ਼ਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕਲੇਰ ਸਦਰ ਤਰਨ ਤਾਰਨ। ਇਹਨਾਂ ਦੇ ਜਦੋਂ ਇਹਨਾਂ ਦੀ ਸਰਚ ਕੀਤੀ ਗਈ ਉਹਦੇ ਇਹਨਾਂ ਕੋਲੋਂ ਜਿਹੜੇ 232 ਬੋਰ ਦੇ ਸਟਾਰ ਮਾਰਕ ਜਿਹੜੇ ਦੇਸੀ ਕੱਟੇ ਹੈ ਪਿਸਟਲਸ ਉਹ ਜਿਹੜੇ ਰਿਕਵਰ ਹੋਏ ਹਨ, ਉਹਨਾਂ ਦੇ ਨਾਲ ਜਿਹੜੀ 2 ਮੈਗਜ਼ੀਨ ਹੈਗੀ ਹੈ ਅਤੇ ਜਿਹੜੇ 7 ਰਾਉਂਡ ਜਿਹੜੇ ਜਿੰਦਾ ਰਾਉਂਡ ਹੈ ਉਹ ਰਿਕਵਰ ਹੋਏ ਹਨ। ਮੁੱਢਲੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋਂ ਜਿਹੜੇ ਇਕੱਠੇ ਹੋ ਕੇ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਕਿ ਅਸੀਂ ਕੋਈ ਇਲਾਕੇ ਦੇ ਵਿੱਚ ਵਾਰਦਾਤ ਕਰਨੀ ਹੈਗੀ, ਜਿਹੜੀ ਟਾਰਗੇਟਿਡ ਕਿਲਿੰਗ ਕਰਨੀ ਹੈਗੀ ਹੈ, ਅਤੇ ਉਹਦੇ ਲਈ ਇਹਨਾਂ ਨੂੰ ਅਸਲੇ ਦੀ ਲੋੜ ਸੀ। ਅਤੇ ਇਹ ਬੇਸਿਕਲੀ ਸਾਰੇ ਤਿੰਨੋਂ ਰਲ ਕੇ ਜਿਹੜੇ ਮੱਧ ਪ੍ਰਦੇਸ਼ ਜਿਹੜੇ ਗਏ ਹੈ ਖਾਂਡਵਾ ਜਾ ਕੇ ਇਹਨਾਂ ਦਾ ਕਿਸੇ ਨਾਲ ਕੰਟੈਕਟ ਹੋਇਆ ਉੱਧਰ, ਅਤੇ ਉੱਧਰ ਉਹ ਇਹਨਾਂ ਨੇ ਜਿਹੜੇ ਵੈਪਨਸ ਹੈ 2 ਵੈਪਨਸ ਲਏ ਨੇ ਅਤੇ ਇਹ ਵਾਪਸ ਆਏ ਸੀਗੇ ਇੱਥੇ। ਅਤੇ ਹੁਣ ਜਿਹੜੀ ਇਹ ਗਾਹਾਂ ਇਹ ਵੈਪਨ ਸਪਲਾਈ ਕਰਕੇ ਕੋਈ ਇੱਕ ਵੱਡੀ ਵਾਰਦਾਤ ਜਿਹੜੀ ਟਾਰਗੇਟਿਡ ਕਿਲਿੰਗ ਦੀ ਕਰਨ ਵਾਲੇ ਸੀ, ਤਰਨ ਤਰਨ ਪੁਲਿਸ ਨੇ ਜਿਹੜਾ ਮੁਸਤੈਦੀ 'ਤੇ ਕੰਮ ਕਰਦੇ ਹੋਏ ਆਹ ਜਿਹੜੀ ਅਨਸੁਖਾਵੀ ਘਟਨਾ ਹੈਗੀ ਹੈ ਉਹਨੂੰ ਜਿਹੜਾ ਵਾਪਰਨ ਤੋਂ ਜਿਹੜਾ ਉਹਨੂੰ ਰੋਕਿਆ ਹੈਗਾ ਹੈ। ਇਹਦੇ ਇਲਾਵਾ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੇ ਦੋਸ਼ੀ ਹੈਗੇ ਹੈ ਮੁੱਢਲੀ ਪੁੱਛਗਿੱਛ ਤਾਂ ਸਾਹਮਣੇ ਆਈ ਹੈ ਕਿ ਆਪਣੇ ਤਰਨ ਤਾਰਨ ਜ਼ਿਲ੍ਹੇ 'ਚ ਕੁਝ ਫਾਇਰਿੰਗ ਦੇ ਇੰਸੀਡੈਂਟਸ ਹੋਏ ਹੈ, ਉਹਦੇ ਵਿੱਚ ਜਿਹੜੇ ਐਬਸਕੋਂਡਰਸ ਹੈਗੇ ਹੈ ਉਹਨਾਂ ਨੂੰ ਵੀ ਇਹਨਾਂ ਨੇ ਜਿਹੜੀ ਠਹਿਰ ਦਿੱਤੀ ਹੈ। ਅਤੇ ਸਾਨੂੰ ਲੱਗਦਾ ਇਹਨਾਂ ਦੇ ਜਿਹੜੇ ਤਾਰ ਹੈਗੇ ਹੈ ਫੋਰਨ ਬੇਸਡ ਜਿਹੜੇ ਕ੍ਰਿਮੀਨਲਸ ਹੈ ਉਹਨਾਂ ਨਾਲ ਵੀ ਜੁੜ ਰਹੇ ਹੈਗੇ ਆ। ਪਰਚਾ ਅਸੀਂ ਡਿਟੇਲ 'ਚ ਜਿਹੜਾ ਪਰਚਾ ਨੰਬਰ 112 ਅੱਜ ਦੇ ਦਿਨ 29 ਤਰੀਕ ਨੂੰ ਜਿਹੜਾ ਦਰਜ ਹੋਇਆ 303-2-317-2 ਭਾਰਤੀ ਨਿਆਂ ਸੰਹਿਤਾ ਜਿਹੜਾ ਅਤੇ ਆਮਸ ਐਕਟ ਦੇ ਵਿੱਚ ਜਿਹੜਾ ਸਦਰ ਤਰਨ ਤਾਰਨ ਥਾਣੇ 'ਚ ਦਰਜ ਕਰ ਲਿਆ ਗਿਆ ਹੈ ਅਤੇ ਇਹਦੀ ਡੁਕਾਈ ਨਾਲ ਅਸੀਂ ਤਫਤੀਸ਼ ਕਰ ਰਹੇ ਹਾਂ। ਡਿਟੇਲ 'ਚ ਜਿਹੜਾ ਬੈਕਵਰਡ ਲਿੰਕ ਅਤੇ ਫਾਰਵਰਡ ਲਿੰਕ ਉਸ 'ਤੇ ਕੰਮ ਕੀਤਾ ਜਾਊਗਾ ਕਿ ਕਿੱਥੋਂ ਲੈ ਕੇ ਆਏ ਹੈਗੇ ਅਤੇ ਅਗਾਂਹ ਅੱਗੇ ਕਿੱਥੇ ਸਪਲਾਈ ਕਰਨੇ ਸੀ, ਅਤੇ ਜਿਹੜਾ ਡੂੰਘਾਈ ਨੂੰ ਇਹਨੂੰ ਜਿਹੜਾ ਪੂਰਾ ਸਹੀ ਜਿਹੜਾ ਰਿਜ਼ਲਟ ਹੈ ਉਹਦੇ ਤੱਕ ਇਹਦੀ ਤਫਤੀਸ਼ ਨੂੰ ਲੈ ਕੇ ਚਾਹਾਂਗੇ। ਇਹਨਾਂ ਦੀ ਕੋਈ ਮੁੱਢਲੀ ਤਫਤੀਸ਼ ਹੀ ਆ ਜੇ ਕੋਈ ਪਰਸਨਲ ਐਨੀਮਿਟੀ ਨੂੰ ਲੈ ਕੇ ਇਹਨਾਂ ਦਾ ਇਹ ਪਲਾਨ ਸੀਗਾ ਕਿ ਗਾਹਾਂ ਕਿਸੇ ਨੇ ਇਹਨਾਂ ਨੇ ਵੈਪਨ ਦੇਣਾ ਸੀ ਅਤੇ ਗਾਹਾਂ ਕਿਸੇ ਨੇ ਜਿਹੜਾ ਕਰਨਾ ਸੀਗਾ, ਅਤੇ ਉਹਦੇ ਮੁਤਾਬਿਕ ਹੀ ਜਿਸੀ ਤਫਤੀਸ਼ ਦੂੰਗਾ ਇਹਨਾਂ ਕਰਕੇ ਹੀ ਜਿਹੜੇ ਆਪਾਂ ਤੱਥ ਲਿਆ ਸਕਦੇ। ਵਿਦੇਸ਼ 'ਚ ਬੈਠੇ ਜਾਵੇ ਜਾਂ ਡਿਸਟਰਬ ਕਰੇ ਉਹਨਾਂ ਨਾਲ ਵੀ ਸੰਬੰਧ ਇਹਨਾਂ ਦੇ ਕਿਸ ਤਰ੍ਹਾਂ? ਬਿਲਕੁਲ ਇਸ ਗੱਲ ਤੋਂ ਨਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੈਂ ਜਿਵੇਂ ਪਹਿਲਾਂ ਹੀ ਕਿਹਾ ਕਿ ਜਿਹੜੇ ਕੁਝ ਇਲਾਕੇ 'ਚ ਜਿਹੜੇ ਫਾਇਰਿੰਗ ਕਰਕੇ ਗਏ ਜਿਹੜੇ ਜਿਨ੍ਹਾਂ ਦੇ ਤਾਰ ਆਲਰੇਡੀ ਫੋਰਨ ਕ੍ਰਿਮੀਨਲਸ ਨਾਲ ਜਿਹੜੇ ਜੁੜਦੇ ਹੈਗੇ ਆ, ਅਤੇ ਉਹੀ ਕ੍ਰਿਮੀਨਲਸ ਨੂੰ ਇਹਨਾਂ ਨੇ ਸ਼ਹਿ ਵੀ ਦਿੱਤੀ ਹੈਗੀ ਹੈ, ਅਤੇ ਇਹ ਗੱਲ ਤੋਂ ਕਿਤੇ ਨਾ ਕਿਤੇ ਲਿੰਕ ਜੁੜਦਾ ਹੀ ਹੈਗਾ ਹੈ ਕਿ ਜਿਹੜੇ ਫੋਰਨ ਬੇਸਡ ਕ੍ਰਿਮੀਨਲਸ ਨਾਲ ਇਹਨਾਂ ਦੇ ਤਾਲੁਕਾਤ ਹੈਗੇ ਆ। ਹੋਰ ਵੀ ਸਰ ਇਹਦੇ ਮਾਮਲੇ ਦਰਜ ਇਹਨਾਂ ਦੇ? ਬਿਲਕੁਲ ਇਹਨਾਂ 'ਚੋਂ ਜਿਹੜਾ ਪ੍ਰਿੰਸੀਪਲ ਹੈਗਾ ਹੈ ਉਹਦੇ ਉੱਤੇ ਇੱਕ ਜਿਹੜਾ ਸਨੈਚਿੰਗ ਦਾ ਮੁਕੱਦਮਾ ਦਰਜ ਹੈ ਅਤੇ ਉਹਦੇ ਵਿੱਚ ਇਹ ਬੇਲ 'ਤੇ ਬਾਹਰ ਆਇਆ ਸੀ। ਵਿਦੇਸ਼ ਦੇ ਨਾਲ ਕੋਈ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨਹੀਂ ਹੈ।